ਇਹ ਨਹੀਂ ਕਰਦੇ ਗਏ ਚਰਰ ਵਾਲੀ ਬਾਤ ਦੇਖਣੇ ਕਿ ਆਂਦੀ ਕਿ ਨਹੀਂ ਦੇਖਿਓ ਲੋ ਜੀ ਅੱਜ ਵੀ ਮੀਂਹ ਪੈ ਰਿਹਾ ਬਾਹਰ ਜਾਣ ਦੇ ਚਾਂਸ ਅੱਜ ਵੀ ਘੱਟ ਨੇ ਗੁੱਡ ਮਾਰਨਿੰਗ ਹੈ ਜੀ ਸਾਰਿਆਂ ਨੂੰ ਉਮੀਦ ਕਰਨਾ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਅਜੇ ਵੀ ਆਪਾਂ ਬਾਹਰ ਨਹੀਂ ਨਿਕਲ ਸਕਦੇ ਹੈਗੇ ਕਿਉਂਕਿ ਹਾਫ ਲੋਕਡਾਊਨ ਹਜੇ ਵੀ ਚੱਲਦਾ ਪਿਆ ਅਤੇ ਜਿਹਦੇ ਕਰਕੇ ਆਪਾਂ ਬਾਹਰ ਨਹੀਂ ਜਾ ਸਕਦੇ ਹੈਗੇ ਹਾਫ ਲੋਕਡਾਊਨ ਦਾ ਭਾਵ ਇਹ ਵੀ ਇਟਲੀ ਦੇ ਵਿੱਚ ਵੀ ਤੁਸੀਂ ਆਪਣੇ ਸ਼ਹਿਰ ਜਾਂ ਜਿਹਦੇ ਤੁਸੀਂ ਰਹਿੰਦੇ ਪਿਓ ਉਹਨਾਂ 'ਚੋਂ ਬਾਹਰ ਨਹੀਂ ਜਾ ਸਕਦੇ ਹੈਗੇ ਤੁਹਾਨੂੰ ਆਪਣੇ ਸ਼ਹਿਰ ਜਾਂ ਪਿੰਡ ਦੇ ਵਿੱਚ ਰਹਿਣਾ ਪੈਂਦਾ ਅਤੇ ਜਿਹੜਾ ਤੁਸੀਂ ਸਵੇਰੇ 5 ਵਜੇ ਤੋਂ ਸ਼ਾਮ ਦੇ 10 ਵਜੇ ਤੱਕ ਬਾਹਰ ਨਿਕਲ ਸਕਦੇ ਹੋ ਅਤੇ ਉਸ ਤੋਂ ਬਾਅਦ ਤੁਸੀਂ ਵੀ ਬਿਨਾਂ ਕੰਮ ਤੋਂ ਬਾਹਰ ਨਹੀਂ ਨਿਕਲ ਸਕਦੇ ਹੈਗੇ ਅਤੇ ਜੀ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਕਿ ਇੱਕ ਮੈਂ ਓਵਨ ਜਾਂ ਫੋਰਨ ਜਿਹਨੂੰ ਕਹਿੰਦੇ ਨੇ ਔਡਰ ਕੀਤੀ ਸੀ ਉਹ ਆ ਚੁੱਕੀ ਹੈ ਅਤੇ ਉਹਦੀ ਅਨਬੋਕਸਿੰਗ ਕਰਨੇ ਆ ਅਤੇ ਦੇਖਦੇ ਹਾਂ ਅਤੇ ਕੀ ਆਇਆ ਉਹਦੇ ਨਾਲ ਅਤੇ ਉਹਦੇ 'ਚ ਆਪਾਂ ਪੀਜ਼ਾ ਬਣਾ ਸਕਦੇ ਹਾਂ ਹੋਰ ਆਪਣੇ ਜਿਵੇਂ ਕਹ ਲਓ ਓਵਨ ਦੇ ਜਿਹੜੇ ਵੀ ਕੰਮ ਹੁੰਦੇ ਨੇ ਇਸਤੇਮਾਲ ਹੁੰਦਾ ਉਹ ਆਪਾਂ ਉਹਦੇ 'ਚ ਕਰ ਸਕਦੇ ਹਾਂ ਅਤੇ ਨਾਲ ਨਾਲ ਨਾਨ ਵੀ ਬਣਾ ਸਕਦੇ ਹਾਂ ਅਤੇ ਨਾਨ ਵੀ ਟਰਾਈ ਕਰਾਂਗੇ ਕਿ ਆਪਾਂ ਉਹਦੇ ਵਿੱਚ ਨਾਨ ਬਣਾ ਸਕਦੇ ਹਾਂ ਜੇ ਨਹੀਂ ਬਣਾ ਸਕਦੇ ਅਤੇ ਆਓ ਸ਼ੁਰੂ ਕਰਨੇ ਆ ਅਤੇ ਇਹਦੇ ਵਾਸਤੇ ਹੁਣ ਆਪਾਂ ਚੱਲੇ ਅੰਦਰ ਅਤੇ ਦਿਖਾਉਣਾ ਤੁਹਾਨੂੰ ਅੰਦਰ ਦਾ ਕੀ ਮਾਹੌਲ ਹੈ ਬੱਚੇ ਵੀ ਉੱਠ ਚੁੱਕੇ ਨੇ ਅਤੇ ਜਾਂਦੇ ਹਾਂ ਅਤੇ ਦੇਖਦੇ ਕੀ ਕਰਦੇ ਪਏ ਨੇ ਹਾਂਜੀ ਸਤਿ ਸ਼੍ਰੀ ਅਕਾਲ ਉੱਠ ਗਏ ਤੂੰ ਇਹ ਲਓ ਜੀ ਸਤਿ ਸ਼੍ਰੀ ਅਕਾਲ ਸ਼ੈਬੀ ਉਹ ਰੋਂਦੇ ਸਾਰ ਹੀ ਇਹਨਾਂ ਦੀ ਟਮਾਂਡਾ ਸ਼ੁਰੂ ਹੋ ਜਾਂਦੀ ਹੈ ਪਾਪਾ ਇਹ ਕਰਨਾ ਉਹ ਕਰਨਾ ਇੱਕ ਦੂਜੀਆਂ ਸ਼ਿਕਾਇਤਾਂ ਲਾਉਣੇ ਸ਼ੁਰੂ ਹੋ ਜਾਂਦੇ ਨੇ ਅਤੇ ਹੁਣ ਇੱਕ ਫੋਨ 'ਚ ਲੱਗਾ ਹੈ ਇੱਕ ਰਿਮੋਟ ਲੱਭਦਾ ਵੇ ਟੀ ਵੀ ਚਲਾਉਣ ਵਾਸਤੇ ਅਤੇ ਇੱਕ ਮੈਨੂੰ ਗੁੱਡੇ ਦਿਖਾਉਣ ਦੀ ਕੋਸ਼ਿਸ਼ ਕਰਦੀ ਵੀ ਹੈ ਅਤੇ ਕਰਨੇ ਆ ਤਿਆਰੀ ਅਤੇ ਨਾਲ ਰੱਖਣੇ ਆ ਮੇਜਰ ਮੋਜਿਆਂ ਅਤੇ ਸ਼ੁਰੂ ਕਰਨੇ ਆ ਅੱਜ ਦੀ ਵੀਡੀਓ ਮੈਂ ਪਹਿਲੀ ਅਨਬੋਕਸਿੰਗ ਕਰਨ ਜਾ ਰਿਹਾ ਅਤੇ ਪਰ ਇਹ ਵੀ ਨਾਲ ਅੱਜ ਦੀ ਵੀਡੀਓ ਦੇ ਕਲਾਕਾਰ ਜ਼ਿਆਦਾ ਨੇ ਮੌਕਾ ਵੀ ਕਲਾਕਾਰ ਅਮੀਨ ਵੀ ਨਾਲ ਕਲਾਕਾਰ ਬੈਠੇ ਸੋ ਅੱਜ ਦੀ ਵੀਡੀਓ ਦੇ ਵਿੱਚ ਕਲਾਕਾਰ ਨੇ ਜ਼ਿਆਦਾ ਹੋਣਗੇ ਅਤੇ ਸ਼ੁਰੂ ਕਰਨੇ ਆ ਅਨਬੋਕਸਿੰਗ ਹਾਲੇ ਪੀਸਾ ਬਣਾ ਕੇ ਤੁਸੀਂ ਇਹਦੇ ਉੱਪਰ ਜਦੋਂ ਪੀਸਾ ਪਿਆ ਹੋਏਗਾ ਐਂ ਉੱਪਰ ਦਿਖਾਉਣਾ ਹੈ ਅਤੇ ਐਂ ਹਿਸਾਬ ਨਾਲ ਜਿਹੜਾ ਪੀਸਾ ਹੈ ਤੁਹਾਡਾ ਫੋਰਨ ਦੇ ਆ ਕੇ ਉੱਪਰ ਟਿਕ ਜਾਏਗਾ ਕਿਆ ਇੱਧਰ ਕਿਤੇ ਜਿਵੇਂ ਗਰਮ ਰੋਡ ਲੱਗੀ ਜਿਹਦਾ ਹੀਟਰ ਦੇ ਟਾਈਪ ਹੀ ਲੱਗਦਾ ਵੀ ਫਿਲਹਾਲ ਤਾਂ ਮੈਨੂੰ ਦੇਖਣ ਦੇ ਵੀ ਜਿਹੜੀ ਆ ਰੋਡ ਜਿਹੜੀ ਇਹਦੀ ਐਂ ਕਰਦੀ ਹੈ ਅਤੇ ਜਿਹੜੀ ਕਿ ਪੀਸੇ ਨੂੰ ਥੱਲੇ ਵੀ ਗਰਮ ਕਰਦੀ ਅਤੇ ਉੱਪਰ ਵੀ ਗਰਮ ਕਰਦੀ ਅਤੇ ਜਿਹੜਾ ਪੀਸਾ ਤੁਹਾਡਾ ਵਧੀਆ ਤਰੀਕੇ ਨਾਲ ਬਣ ਜਾਂਦਾ ਅਤੇ ਫਿਲਹਾਲ ਇਹ ਸੀ ਸਾਡੀ ਅਨਬੋਕਸਿੰਗ ਅਤੇ ਸ਼ੁਰੂ ਕਰਦੇ ਹਾਂ ਅੱਜ ਦੀ ਪੀਸਾ ਮੇਕਿੰਗ ਮਸ਼ੀਨ ਹੈ ਜੀ ਜਿਹਦੇ 'ਚ ਆਪਾਂ ਪੀਸੇ ਬਣਾਉਣੇ ਅਤੇ ਨਾਲ ਆਪਾਂ ਨੂੰ ਪੀਸੇ ਦਾ ਜਿਹੜਾ ਸਭ ਤੋਂ ਬੇਸ ਜਿਹੜਾ ਮੇਨ ਪੁਆਇੰਟ ਹੁੰਦਾ ਉਹਦਾ ਜਿਹੜਾ ਆਟਾ ਤਿਆਰ ਕਰੀਦਾ ਹੁੰਦਾ ਅਤੇ ਆਟਾ ਅਸੀਂ ਜਿਹੜਾ ਰਾਤ ਨੂੰ ਦਾ ਗੁੰਨ ਚੁੱਕੇ ਹਾਂ ਅਤੇ ਜਿਹੜਾ ਆਟਾ ਉਹ ਫੁੱਲ ਚੁੱਕੇ ਹੈ ਅਤੇ ਇਹਨੂੰ ਵੀ ਜਿਵੇਂ ਥੋੜ੍ਹੀ ਥੋੜ੍ਹੀ ਦੇਰ ਬਾਅਦ ਅਤੇ ਜਿਹਨੂੰ ਆਪਾਂ ਇਹਨੂੰ ਮੋਟਾ ਹੱਥ ਮਾਰ ਦਈਦਾ ਤਾਂ ਜੋ ਇਹ ਚੰਗੀ ਤਰ੍ਹਾਂ ਜਿਹੜਾ ਤਿਆਰ ਹੋ ਜਾਵੇ ਅਤੇ ਖਾਸ ਕਰਕੇ ਜਦੋਂ ਇਹ ਵੀ ਜਿਹੜਾ ਪੀਸੇ ਦਾ ਜਿਹੜਾ ਮੇਨ ਹੈ ਉਹ ਇਹੀ ਹੈ ਵੀ ਉਹਦਾ ਜਿਵੇਂ ਕਹਿ ਲਓ ਅੱਜ ਤੁਸੀਂ ਦੇਖ ਰਹੇ ਹੋਗੇ ਤੇ ਬੱਬਲ ਬਣਦੇ ਵੀ ਨੇ ਆਹ ਇੱਦਾਂ ਭਰਨੇ ਚਾਹੀਦੇ ਨੇ ਜਦੋਂ ਪੀਸਾ ਜਿਹੜਾ ਆਟਾ ਤਿਆਰ ਹੋ ਜਾਂਦਾ ਅਤੇ ਇਹਨੂੰ ਜਦੋਂ ਹੱਥ ਫੇਰਨੇ ਦੁਬਾਰਾ ਤੂੰ ਅਤੇ ਜੀ ਥੋੜ੍ਹੀ ਥੋੜ੍ਹੀ ਦੇਰ ਬਾਅਦ ਇਹਨੂੰ ਜਿਵੇਂ ਕਹਿ ਲਓ 15-20 ਮਿੰਟ ਬਾਅਦ ਆਟੇ ਨੂੰ ਜਿਹੜਾ ਹੱਥ ਮਾਰਦੇ ਰਹਿਣਾ ਤਾਂ ਜੋ ਜਿਹੜਾ ਇਹਦਾ ਘੋਲ ਕੇ ਚੰਗੀ ਤਰ੍ਹਾਂ ਜਿਹੜਾ ਆਟਾ ਤਿਆਰ ਹੋ ਜਾਵੇ ਅਤੇ ਪਲੱਸ ਇੱਦਾਂ ਉਂਗਲਾਂ ਮਾਰਨੀਆਂ ਵਿੱਚ ਅਤੇ ਜਿਹਦੇ ਨਾਲ ਕਿ ਜੀ ਬੱਬਲ ਜੇ ਤਿਆਰ ਹੋ ਜਾਂਦੇ ਨੇ ਅਤੇ ਜਦੋਂ ਤੁਹਾਡਾ ਆਟਾ ਹੈ ਜਦੋਂ ਬਣਦਾ ਹੈ ਅਤੇ ਉਹ ਕ੍ਰਿਸਪੀ ਪੀਸੇ ਦਾ ਜਿਹੜਾ ਬੇਸ ਬਣਦਾ ਉਹ ਕ੍ਰਿਸਪੀ ਹੋ ਜਾਂਦਾ ਪਹਿਲੀ ਟਰਾਈ ਹੋਣ ਲੱਗੀ ਗਾਰਲਿਕ ਨਾਨ ਵਾਲੀ ਆਟਾ ਉਹੀ ਆਪਾਂ ਪੀਜ਼ੇ ਵਾਲਾ ਇਸਤੇਮਾਲ ਕਰਨੇ ਪਿਆ ਅਤੇ ਥੋੜ੍ਹੀ ਥੋੜ੍ਹੀ ਉੱਪਰ ਤੇਲ ਲਾ ਕੇ ਉੱਪਰ ਗਾਰਲਿਕ ਜਿਵੇਂ ਆਪਣਾ ਹੁੰਦਾ ਉਹਨੂੰ ਚੋਪ ਕਰ ਲਿਆ ਚੰਗੀ ਤਰ੍ਹਾਂ ਅਤੇ ਉਹ ਲਾਉਂਦੇ ਹਾਂ ਫੋਰਨ ਵਿੱਚ ਨਾਨ ਦੇ ਸੇਕੇ ਲੱਗ ਗਏ ਨੇ ਸਾਡਾ ਗਾਰਲਿਕ ਨਾਨ ਤਿਆਰ ਹੋ ਗਿਆ ਲਗਭਗ ਜੀ ਅਗਰ ਨਾਨ ਹਾਲਤ ਇੱਦਾਂ ਲੱਗਦੀ ਵੀ ਤਿਆਰ ਹੋ ਗਿਆ ਹੁੰਦਾ ਹਾਂ ਦੇਖੋ ਜੀ ਨਾਨ ਆਪਣੇ ਉਹਦੇ ਗਾਰਲਿਕ ਨਾਨ ਬਣਾਇਆ ਅਤੇ ਦੇਖਦੇ ਹਾਂ ਕਿ ਪ੍ਰੋਵਾ ਜਿਹੜਾ ਪਾਸ ਹੋਇਆ ਕਿ ਨਹੀਂ ਜਿਹੜੇ ਟੀ ਵੀ 'ਚ ਨਹੀਂ ਕਰਦੇ ਹੈਗੇ ਚਿਰ ਵਾਲੀ ਆਵਾਜ਼ ਦੇਖਦੇ ਕਿ ਆਉਂਦੀ ਕਿ ਨਹੀਂ ਦੇਖਿਓ ਉਮੀਦ ਕਰਨਾ ਚਰਨ ਵਾਲੀ ਆਵਾਜ਼ ਆਈ ਹੋਏਗੀ ਅਤੇ ਟੇਸਟ ਕਰਕੇ ਦੇਖਦੇ ਹਾਂ ਕਿਵੇਂ ਦਾ ਬਟਰ ਲਾ ਲਈਏ ਬਸ ਅਗਰ ਬਟਰ ਨਾਨ ਗਾਰਲਿਕ ਕਿਆ ਬਾਤ ਹੈ ਇਹਨੂੰ ਕਹਿੰਦੇ ਨੇ ਦੇਸੀ ਆ ਕੇ ਆਪਣੇ ਦੇਸੀ ਜਗਾੜ ਲਾ ਹੀ ਲੈਂਦੇ
ਤੇ ਰਿਵਿਊ ਇਦਾਂ ਕਰਨਾ ਚਾਹਾਂਗਾ ਕਿ ਸਹੀ ਬਣਿਆ ਤੇ ਫਸਟ ਟਰਾਈ ਸੀ ਸਾਡੀ ਐਪ ਤੇ ਇਹਨੂੰ ਟਰਾਈ ਕਰਨ ਲਈ ਜਿਵੇਂ ਕਹੋ ਪਰ ਤੰਦੂਰ ਵਾਲਾ ਟੇਸਟ ਨਹੀਂ ਹੈ ਪਰ ਜੇ ਕਰੀਏ ਕੜਕ ਕੇ ਜਿਵੇਂ ਕਹਿੰਦੇ ਜਿਹੜਾ ਕਰਚ ਕਰਚ ਕਰੰਚੀ ਆਵਾਜ਼ ਆਉਂਦੀ ਹੈ ਉਹ ਟਰਾਈ ਕੀਤੀ ਕਰੰਚੀ ਆਵਾਜ਼ ਵੀ ਆਉਂਦੀ ਸੀ ਅਤੇ ਲਗਭਗ ਆਪਾਂ ਕਿਹੜੀ 80% ਪਾਸ ਹੋ ਚੁੱਕੇ ਆਪਣੇ ਫਸਟ ਟਰਾਈ ਸੀ ਸਾਡੀ ਹੈ ਅਤੇ ਉਮੀਦ ਕਰਨੇ ਹੋਰ ਟਾਈਮ ਦੇ ਨਾਲ ਵਧੀਆ ਹੋ ਜਾਏਗੀ ਅਤੇ ਇਸ ਤੋਂ ਬਾਅਦ ਸਾਡਾ ਪਹਿਲਾ ਜਿਹੜੀ ਪਹਿਲਾ ਇਸਤੇਮਾਲ ਜਿਹੜਾ ਇਹਦਾ ਓਵਨ ਦਾ ਪਹਿਲਾ ਇਸਤੇਮਾਲ ਕੀਤਾ ਗਿਆ ਅਤੇ ਹੁਣ ਇਹਦੇ ਉੱਪਰ ਆਪਾਂ ਹੁਣ ਪੀਸਾ ਲਾ ਕੇ ਦੇਖਾਂਗੇ ਕਿ ਪੀਸਾ ਬਣਾਉਣ 'ਚ ਆਪਾਂ ਕਾਮਯਾਬ ਹੁੰਦੇ ਹਾਂ ਤੁਸੀਂ ਪਹਿਲਾਂ ਪੀਸਾ ਲਾਵਾਂਗੇ ਅਤੇ ਜਿਹੜਾ ਨਾਨ ਇੰਜੋਏ ਕਰਦੇ ਹਾਂ ਆਟੇ ਦਾ ਜਿਹੜਾ ਪੀਸਾ ਹੈ ਉਹ ਇਹਦਾ ਜਿਹੜਾ ਬੇਸ ਹੁੰਦਾ ਜੋ ਵੀ ਤਰੀਕੇ ਨਾਲ ਤਿਆਰ ਹੋ ਜਾਂਦਾ ਉਸ ਤੋਂ ਬਾਅਦ ਤੁਸੀਂ ਟੋਪਿੰਗ ਕਰਨ ਵਾਸਤੇ ਕੁਝ ਵੀ ਇਸਤੇਮਾਲ ਕਰ ਸਕਦੇ ਹੋ ਹੁਣ ਇਹਦੇ ਉੱਪਰ ਮੈਂ ਪਾਈ ਇਸ ਤਰ੍ਹਾਂ ਬਾਜ਼ਰੀ ਕੁਆਲੀ ਜਿਹੜੀ ਬਣੀ ਬਣਾਈ ਸੌਸ ਆਉਂਦੀ ਉਹਦਾ ਇਸਤੇਮਾਲ ਕਰ ਰਿਹਾ ਅਤੇ ਨਾਲ ਉੱਪਰ ਟੋਪਿੰਗ ਵਾਸਤੇ ਚੀਜ਼ ਪਾਈ ਥੋੜ੍ਹੀ ਜਿਹੀ ਫਰਮਾਜੋ ਕਹਿੰਦੇ ਜਿਹਨੂੰ ਅਤੇ ਉੱਪਰ ਟੋਪਿੰਗ ਵਾਸਤੇ ਹਰੀ ਮਿਰਚ ਟਮਾਟਰ ਹੈ ਥੋੜ੍ਹੀ ਅਦਰਕ ਪਾਈ ਹੈ ਪਿਆਜ਼ ਪਾਏ ਨੇ ਅਤੇ ਇੱਧਰ ਥੋੜ੍ਹੀ ਜਿਹੀ ਸਬਜ਼ੀ ਜਿਹੜੀ ਉਹਨੂੰ ਫਰਾਈ ਕੀਤਾ ਉਹ ਵੀ ਪਾਵਾਂਗੇ ਉੱਪਰ ਦੇਖਿਆ ਕਿ ਅੱਜ ਨਾਲ ਘਰ ਦੇ ਵਿੱਚ ਪੀਸੇ ਬਣਾਏ ਗਏ ਅਤੇ ਨਾਲੇ ਓਵਨ ਦੀ ਅਨਬੋਕਸਿੰਗ ਕੀਤੀ ਗਈ ਹੈ ਕਿ ਜਿਹੜੀ ਸਾਡੀ ਘਰ ਦੀ ਜਿਹੜੀ ਓਵਨ ਸੀ ਉਹ ਖਰਾਬ ਹੋ ਚੁੱਕੀ ਸੀ ਵਿੱਚ ਸਹੀ ਤਰ੍ਹਾਂ ਦਾ ਸੇਕ ਨਹੀਂ ਦੇ ਰਹੀ ਹੈਗੀ ਸੀ ਅਤੇ ਪੂਰਾ ਜਿਹੜਾ ਓਵਨ ਬਾਕੀ ਦੀ ਕੰਪਲੀਟ ਸੀ ਉਹ ਬੜੀ ਮਹਿੰਗੀ ਪੈਂਦੀ ਪਈ ਸੀ ਅਤੇ ਮੈਂ ਕੁਝ ਸਰਚ ਕਰਨ ਤੋਂ ਬਾਅਦ ਆ ਮੈਨੂੰ ਓਵਨ ਜਿਹੜੀ ਮਿਲੀ ਅਤੇ ਇਹਨੂੰ ਆਪਾਂ ਰਿਵਿਊ ਵਗੈਰਾ ਪੜ੍ਹੇ ਅਤੇ ਮੈਨੂੰ ਚੰਗੇ ਰਿਵਿਊ ਦੇਖਣ ਨੂੰ ਮਿਲੇ ਅਤੇ ਇਸ ਕਰਕੇ ਆਪਾਂ ਓਵਨ ਬਾਏ ਕੀਤੀ ਹੈ ਅਤੇ ਜੇ ਤੁਸੀਂ ਵੀ ਲੈਣਾ ਚਾਹੋ ਤਾਂ ਮੈਂ ਇਹਦਾ ਜਿਹੜਾ ਲਿੰਕ ਹੈ ਜਿੱਥੋਂ ਮੈਂ ਬਾਏ ਕੀਤੀ ਉਹਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਛੱਡ ਦਾਂਗਾ ਤਾਂ ਜੇ ਤੁਸੀਂ ਵੀ ਲੈਣਾ ਚਾਹੋ ਤਾਂ ਉਹਨੂੰ ਲੈ ਸਕਦੇ ਹੋ ਅਤੇ ਮੈਂ ਇਹਨੂੰ ਜੇ ਕਹੋਗੇ ਮੇਰੇ ਹਿਸਾਬ ਜੇ ਮੇਰਾ ਰਿਵਿਊ ਲੈਣਾ ਚਾਹੋਗੇ ਤਾਂ ਮੈਂ ਹੀ ਕਹਾਂਗਾ ਪੈਸਾ ਵਸੂਲ ਚੀਜ਼ ਹੈ ਅਤੇ ਪੀਸਾ ਜਿਵੇਂ ਆਪਾਂ ਆਪ ਸ਼ੋਪ ਤੋਂ ਜਾ ਕੇ ਬਾਏ ਕਰੀਦਾ ਸੇਮ ਉਹਦੇ ਵਰਗਾ ਬਣਦਾ ਅਤੇ ਬਾਕੀ ਪਲੱਸ ਤੁਹਾਡੇ 'ਤੇ ਵੀ ਡਿਪੈਂਡ ਕਰਦਾ ਤੁਸੀਂ ਜਿਹੜੇ ਇੰਗਰੀਡੀਅੰਟਸ ਨੇ ਉਹ ਕਿਵੇਂ ਤਿਆਰ ਕਰਦੇ ਹੋ ਅਤੇ ਕਿਵੇਂ ਇਸਤੇਮਾਲ ਕਰਦੇ ਹੋ ਇਹ ਜਿਹੜਾ ਪੀਸੇ ਦਾ ਜਿਹੜਾ ਬੇਸ ਹੈ ਉਹ ਹੈ ਉਹਦਾ ਆਟਾ ਜਿਹੜਾ ਆਪਾਂ ਗੁੰਨ ਕੇ ਤਿਆਰ ਕਰਨੇ ਆ ਜੋ ਤੁਸੀਂ ਵਧੀਆ ਤਰੀਕੇ ਨਾਲ ਤਿਆਰ ਕਰ ਲੈਂਦੇ ਹੋ ਅਤੇ ਉਸ ਤੋਂ ਬਾਅਦ ਇੱਥੋਂ ਜਿਹੜਾ ਪੀਸਾ ਬਹੁਤ ਵਧੀਆ ਬਣ ਜਾਂਦਾ ਹੈ ਅਤੇ ਨਾਲ ਆਪਾਂ ਦੇਸੀ ਬੰਦੇ 'ਤੇ ਆਪਾਂ ਨਾਲ ਟਰਾਈ ਕੀਤਾ ਨਾਨ ਅਤੇ ਦੇਖਿਆ ਤੁਸੀਂ ਵੀਡੀਓ ਦੇ ਵਿੱਚ ਅਤੇ ਇੱਕ ਟਰਾਈ ਕਰਕੇ ਦੇਖ ਲਈ ਅਤੇ ਅਗਲੇ ਆਲੇ ਦਿਨਾਂ ਦੇ ਵਿੱਚ ਹੋਰ ਟਰਾਈ ਕਰਾਂਗੇ ਅਤੇ ਨਾਣਾ ਦਾ ਵੀ ਇੰਜੋਏ ਕੀਤਾ ਜਾ ਸਕੇਗਾ ਕਿਉਂਕਿ ਜਦੋਂ ਆਈਦਾ ਇੰਡੀਆ ਤੋਂ ਨਾਣ ਇੰਡੀਆ ਹੀ ਛੱਡੇ ਦੇ ਇੱਕ ਹਿਸਾਬ ਦਾ ਇੱਦਾਂ ਦਾ ਹੁੰਦਾ ਪਰ ਇੱਥੇ ਆਉਣ ਤੋਂ ਬਾਅਦ ਜਦੋਂ ਆਪਾਂ ਵੀ ਸਰਚ ਕਰਦੇ ਰਹੀ ਤਾਂ ਹਾਂ ਵੀ ਕਿੱਥੋਂ ਕੁਝ ਖਾਣ ਨੂੰ ਮਿਲ ਜਾਏ ਜਾਂ ਕੁਝ ਆਪਾਂ ਨਵਾਂ ਇੱਦਾਂ ਦਾ ਕਰ ਸਕੀਏ ਜਿਹੜਾ ਆਪਣਾ ਘਰ ਦਾ ਜਿਹੜੇ ਦੇਸੀ ਫੂਡ ਹੈ ਉਹਨਾਂ ਨੂੰ ਇੰਜੋਏ ਕਰ ਸਕੀਏ ਸੋ ਅੱਜ ਦਾ ਜਿਹੜਾ ਦਿਨ ਸੀ ਕੁਝ ਇਸ ਤਰ੍ਹਾਂ ਬਾਕੀ ਤੁਸੀਂ ਕਮੈਂਟ ਕਰਕੇ ਦੱਸਣਾ ਤੁਹਾਨੂੰ ਕਿਵੇਂ ਦੀ ਲੱਗੀ ਵੀਡੀਓ ਅਤੇ ਆਪਾਂ ਹਜੇ ਵੀ ਇੰਪਰੂਵ ਮੋਡ 'ਤੇ ਹਾਂ ਜਿਹੜਾ ਇੰਪਰੂਵ ਮੋਡ ਹੈ ਮੈਨੂੰ ਲੱਗਦਾ ਆਪਣਾ ਚੱਲੇਗਾ 2-4 ਮਹੀਨੇ ਹੋਰ ਜਿਸ 'ਚ ਆਪਾਂ ਹੋਰ ਇੰਪਰੂਵ ਕਰੀਏ ਜਿਹੜੀਆਂ ਗੱਲਾਂ ਦੀ ਸੰਤੁਸ਼ਟੀ ਨਹੀਂ ਮਿਲਦੀ ਫਿਰ ਕਿ ਉਹਨਾਂ 'ਤੇ ਕੰਮ ਕਰਕੇ ਹੋਰ ਵਧੀਆ ਨਾਲ ਵੀਡੀਓ ਤਿਆਰ ਕੀਤੀ ਜਾਏ ਅਤੇ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਆ ਕਰੋ ਹੈਲਪ ਕਰਿਆ ਕਰੋ ਕਿ ਕਿਤੇ ਕਿਤੇ ਇੰਪਰੂਵ ਹੋਰ ਕਿੱਥੇ ਕਿੱਥੇ ਜਾ ਸਕੀਏ ਅਤੇ ਹੋਰ ਕਿਹੜੀਆਂ ਅਤੇ ਕਿੱਥੇ ਆਪਾਂ ਜਿਵੇਂ ਕਰੋ ਹੋਰ ਚੀਜ਼ਾਂ ਨਵੀਆਂ ਵਿੱਚ ਜੋੜ ਸਕਦੇ ਹਾਂ ਅਤੇ ਮਿਲਦੇ ਹਾਂ ਬੜੀ ਜਲਦੀ ਨਵੇਂ ਵਲੌਗ ਦੇ ਨਾਲ ਧੰਨਵਾਦ।